ਆਪਾਂ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਖਿੜਕੀਆਂ ਵਿੱਚੋਂ ਵਿਸ਼ਾ ਅਦਾਕਾਰੀ ਪੜ੍ਹਾਂਗੇ। ਕਿਸੇ ਅਦਾਕਾਰ ਦੀ ਅਦਾਕਾਰੀ ਕਰਦਿਆਂ ਸ਼ਕਲ ਹੋਰ ਹੁੰਦੀ ਹੈ ਅਤੇ ਅਸ਼ਕਲ ਹੋਰ ਹੁੰਦੀ ਹੈ। ਚਾਰਲੀ ਚੈਪਲਿਨ ਇੱਕ ਬੜਾ ਕਬੀਰ ਵਿਅਕਤੀ ਸੀ ਜਿਸ ਨੇ ਸੰਸਾਰ ਦੀਆਂ ਸਭ ਤੋਂ ਵੱਧ ਅਸਰਸੀ ਫਿਲਮਾਂ ਵਿੱਚ ਅਦਾਕਾਰੀ ਕੀਤੀ ਸੀ। ਉਹਦੀਆਂ ਫਿਲਮਾਂ ਨੂੰ ਵੇਖ ਕੇ ਰੋਗੀ ਤੰਦਰੁਸਤ ਹੋ ਜਾਂਦੇ ਸਨ। ਕਈ ਵਾਰੀ ਡਾਕਟਰ ਮਰੀਜ਼ਾਂ ਨੂੰ ਚਾਰਲੀ ਚੈਪਲਿਨ ਦੀਆਂ ਫਿਲਮਾਂ ਵੇਖਣ ਦੀ ਸਿਫਾਰਸ਼ ਕਰਦੇ ਸਨ। ਇੱਕ ਵਾਰੀ ਚਾਰਲੀ ਚੈਪਲਿਨ ਆਪ ਨਿਰਾਸ਼ ਅਤੇ ਢੀਂਡੀ ਕਲਾ ਵਿੱਚ ਸੀ। ਉਹ ਮਾਨਸਿਕ ਰੋਗਾਂ ਦੇ ਇੱਕ ਡਾਕਟਰ ਕੋਲ ਗਿਆ। ਡਾਕਟਰ ਨੇ ਮੁਆਇਨਾ ਕਰਕੇ ਦੱਸਿਆ ਕਿ ਤੁਹਾਨੂੰ ਹੱਸਣ ਖੇਡਣ ਦੀ ਲੋੜ ਹੈ ਕਿਉਂਕਿ ਤੁਹਾਡੀ ਸਮੱਸਿਆ ਇਹ ਹੈ ਕਿ ਤੁਸੀਂ ਸੋਚਦੇ ਬਹੁਤ ਹੋ। ਸੋ ਸੋਚਣ ਤੋਂ ਧਿਆਨ ਹਟਾਉਣ ਲਈ ਤੁਸੀਂ ਚਾਰਲੀ ਚੈਪਲਿਨ ਦੀਆਂ ਫਿਲਮਾਂ ਵੇਖਿਆ ਕਰੋ। ਧੰਨਵਾਦ।